मोदी सरकार द्वारा बढ़ाई गई महंगाई को लेकर पंजाब में लोगों ने जताया रोष प्रदर्शन। एमएलए डॉक्टर राजकुमार वेदका ने मीडिया से बातचीत करते हुए कहा कि आज मोदी सरकार ने पेट्रोल, डीजल, गैस सभी चीज़ों के दाम बढ़ा दिए हैं, जिसके कारण लोगों को आज इतनी महंगाई का सामना करना पड़ रहा है। वहीं उन्होंने यह भी कहा कि मोदी सरकार आंदोलन कर रहे किसानों को आंदोलनजीवी कहते हैं। डॉक्टर राजकुमार वेदका ने बीजेपी की सरकार पर निशाना साधते हुए कहा कि ये सरकार पेट्रोल और डीजल के दाम बढ़ाकर आम जनता की कमर को तोड़ रहे हैं और कांग्रेस को कहते हैं कि वे आंदोलनजीवी हैं। अमृतसर से मनोज भगत की रिपोर्ट, लाइव भारत। आज सड़कां ते उतरी हुई है, असी जड़ी कमर तोड़ महंगाई है, जड़ी अज गैस, डीजल, पेट्रोल तो इलावा अज लोगों का पट्ठा बैठ गया और ये सरकार ने लोगों का बेड़ा गर्क कर दिता है। और अज प्रधानमंत्री नरेंद्र मोदी जी कहते हैं कि जड़ी कांग्रेस है वो अंदोलन जीवी है, लेकिन नरेंद्र मोदी की सरकार आ पेट्रोल पीऊ जीवी, आ डीजल पीओ जीवी, ये गैस खाऊ जीवी, ये देश बेचू जीवी, ये देश दबाऊ जीवी, आ मीडिया दबाऊ जीवी, झूठा प्रचार कराऊ जीवी, ते कुल मिला के ये बेड़ा गर्क जीवी नरेंद्र मोदी की सरकार आ। और ये देश बर्बाद हो गया, देश तबाह हो गया। आ जदों दे जमे ना आ नरेंद्र मोदी सूरज भान, ना चूल्हे अग ना मंजे वान, अज तबाह हो गया पूरा देश, तबाह हो गया पूरा पंजाब। अज किसान सड़कों के उपर है और असी ये गल बार बार लोगों को कह रहे हैं कि भाई आ बीजेपी की सरकार के खिलाफ करो सगन बुरे, कोई तेल भी ना चोए, पैर रखे जिथे अमित शाह उत्थे पैन टोए, अगे अगे चले नरेंद्र मोदी पिछे काला कुत्ता रोए, ये रस्ते चो बिलियां गुजार होए, आ नरेंद्र मोदी का डोला चलिया, आ नरेंद्र मोदी का डोला असी तोरन जा रहे हैं, आ ताकि देश होर बर्बादी की ओर गए ना वधे, देश होर तबाह ना होवे, ये देश नू बचाण वास्ते आ कांग्रेस सड़कां ते उतरी है। और ये जिहड़ा साडा संघर्ष है, असी ये संघर्ष तद तक जारी रहेगा जब तक ये सरकार दे ये जिहड़ी सरकार है ये कफन दे विच आखिरी किल जिहड़ा है ये कांग्रेस पार्टी ठोकूगी। ਉਸਾ ਪਰ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਤੈਅ ਕਰਦੀਆਂ ਉਹ ਤੇ ਕੰਪਨੀਆਂ ਤੈਅ ਕਰਦੀਆਂ ਨੇ, ਸਰਕਾਰ ਕਿੱਥੋਂ ਵਿੱਚ ਕਿੰਨੇ ਸਰਕਾਰ ਦੇ ਸਾਰੇ ਹੱਕ ਬਈ ਕੰਪਨੀਆਂ ਮੈਨੂੰ ਦੱਸ ਬਿਲ ਕਲਿੰਟਨ ਦੀਆਂ ਅਤੇ ਜੋਰਜ ਬੁਸ਼ ਦੀਆਂ ਕਿਹਦੀਆਂ ਕੰਪਨੀਆਂ? ਆ ਨਰਿੰਦਰ ਮੋਦੀ ਦੇ ਮਾਲਕਾਂ ਦੀਆਂ ਕੰਪਨੀਆਂ ਜਿਨ੍ਹਾਂ ਦਾ ਚੌਂਕੀਦਾਰ ਨਰਿੰਦਰ ਮੋਦੀ, ਉਹਨਾਂ ਦੀਆਂ ਜੇ ਕੰਪਨੀਆਂ ਅਤੇ ਉਹ ਕੰਪਨੀਆਂ ਆਪਣੇ ਚੌਂਕੀਦਾਰ ਨੂੰ ਹੁਕਮ ਕਰਦੀਆਂ ਜੀ ਅਤੇ ਚੌਂਕੀਦਾਰ ਰੇਟ ਵਧਾਉਂਦਾ, ਆਹ ਰੇਟ ਵਧਣ ਨਹੀਂ ਉਹ ਦੇਣੇ ਸੜਕਾਂ ਦੇ ਉੱਤਰੂ। ਅਤੇ ਪੰਜਾਬ ਅੰਦਰ ਵੀ ਕਾਫੀ ਟੈਕਸਿਸ ਹੈਗੇ ਨੇ, ਕਿਆ ਰਿਬੇਟ ਦੇਊਗਾ ਕੋਈ ਟੈਕਸ ਰਾਹਤ ਦੇਊਗਾ ਜਨਤਾ? ਬਈ ਸਾਡੇ ਟੈਕਸ ਦੇਸ਼ ਤੋਂ ਸਭ ਤੋਂ ਘੱਟ ਟੈਕਸ ਹੈ ਔਰ ਸਭ ਤੋਂ ਜ਼ਿਆਦਾ ਟੈਕਸ ਦਿੱਲੀ 'ਚ ਹੈ, ਉਹਦੇ ਬਾਅਦ ਹਰਿਆਣੇ 'ਚ, ਪੰਜਾਬ ਦੇ ਟੈਕਸ ਬਹੁਤ ਘੱਟ ਹੈ। ਅਸੀਂ ਫਿਰ ਵੀ ਇੱਥੇ ਵਿਚਾਰ ਕਰਾਂਗੇ ਔਰ ਇਹ ਜੇ ਗੁੰਜਾਇਸ਼ ਬਣਦੀ ਹੋਏਗੀ, ਕਿਉਂਕਿ ਪੰਜਾਬ ਪਹਿਲੇ ਹੀ ਕਾਫੀ ਬਰਬਾਦੀ ਦੀ ਔਰ ਅੱਗੇ ਵਧਿਆ ਹੈ, ਪੰਜਾਬ ਨੇ ਕਾਫੀ ਐਜੀਟੇਸ਼ਨਾਂ ਦੇਖੀਆਂ ਔਰ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਜਿੰਨੀ ਰਿਲੀਫ ਦੇ ਸਕਾਂਗੇ ਜ਼ਰੂਰ ਦੇ। ਅੱਜ ਦੇ ਪ੍ਰੋਟੈਸਟ ਤੋਂ ਬਾਅਦ ਕੀਮਤਾਂ ਘਟਣਗੀਆਂ ਜਾਂ ਵਧਣਗੀਆਂ? ਭਾਈ ਗੱਲ ਹੈ ਇਹ ਘਟਣੀਆਂ ਚਾਹੀਦੀਆਂ, ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ। ਆਹ 30 ਰੁਪਏ ਲੀਟਰ ਆਹ ਖਰੀਦਦਾ ਹੀ ਤੇਲ ਅਤੇ 90 ਰੁਪਏ ਲੀਟਰ ਵੇਚਦਾ ਹੀ, ਆਹ ਚੋਰ ਕੌਣ ਫਿਰ? ਮੈਂ ਤੁਹਾਨੂੰ ਕਹਿਣ ਡਿਆ ਚੌਂਕੀਦਾਰ ਹੀ ਚੋਰ ਆ। ਅੱਜ ਅਸੀਂ ਡਾਕਟਰ ਰਾਜਕੁਮਾਰ ਵੇਰਕਾ ਜੀ ਦੇ ਨੇਤ੍ਰਿਤਵ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਿਹੜਾ ਕਿ ਅਲੱਗ ਅਲੱਗ ਜਗ੍ਹਾ ਦੇ ਵਿੱਚ ਅਲੱਗ ਅਲੱਗ ਕੰਸਟੀਚੁਐਂਸੀਜ਼ ਦੇ ਵਿੱਚ ਜਿਹੜੇ ਪੈਟਰੋਲ, ਡੀਜ਼ਲ ਔਰ ਜਿਹੜੇ ਹੈਗੇ ਆ ਗੈਸ ਦੇ ਪ੍ਰਾਈਜ਼ ਹੈ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਉਹਦੇ ਅਗੇਂਸਟ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਜਿਹਦੇ ਨਾਲ ਆਮ ਇਨਸਾਨ, ਗਰੀਬ ਇਨਸਾਨ, ਮਿਡਲ ਕਲਾਸ ਮੈਨ, ਹਰ ਇੱਕ ਪਰਸਨ ਕਿਸੇ ਨਾ ਕਿਸੇ ਤਰੀਕੇ ਨਾਲ ਅਫੈਕਟਿਡ ਹੋ ਰਿਹਾ। ਉਹਦੇ ਅਗੇਂਸਟ ਅਸੀਂ ਆਪਣਾ ਪੂਰੇ ਪੰਜਾਬ ਦੇ ਵਿੱਚ ਅਸੀਂ ਪ੍ਰਾਈਜ਼ ਦੇ ਅਗੇਂਸਟ ਪ੍ਰਦਰਸ਼ਨ ਕਰ ਰਹੇ ਹਾਂ ਔਰ ਆਪਣਾ ਸੈਂਟਰ ਗੌਰਮੈਂਟ ਨੂੰ ਜਿਹੜੇ ਹੈਗੇ ਆ ਪ੍ਰਾਈਜ਼ ਇਹਨਾਂ ਚੀਜ਼ਾਂ ਦੇ ਘਟਾਉਣੇ ਚਾਹੀਦੇ ਆ। ਲੱਗਦਾ ਕਿ ਚੰਦ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਨਰਿੰਦਰ ਮੋਦੀ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਜੀ? ਦੇਖੋ ਪੰਜਾਬ ਦਾ ਨਹੀਂ, ਮੈਂ ਸਮਝਦਾ, ਮੈਂ ਸਮਝਦਾ ਪੂਰੇ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਔਰ ਰਿਲੀਜਨ ਨੂੰ ਲੈ ਕੇ, ਕਾਸਟਿਜ਼ਮ ਨੂੰ ਲੈ ਕੇ ਅਸੀਂ ਕੋਈ ਡਿਵੈਲਪਮੈਂਟ ਦੀ ਗੱਲ ਨਾ ਕਰੀਏ, ਕੋਈ ਨੀਤੀ ਦੀ ਗੱਲ ਨਾ ਕਰੀਏ, ਕੋਈ ਦੇਸ਼ ਨੂੰ ਅੱਗੇ ਲਿਜਾਣ ਦੀ ਗੱਲ ਨਾ ਕਰੀਏ ਔਰ ਲੋਕਾਂ ਨੂੰ ਉਲਝਾਈ ਰੱਖੀਏ ਇਹਨਾਂ ਚੀਜ਼ਾਂ ਦੇ ਵਿੱਚ, ਉਹ ਕੋਈ ਵਧੀਆ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਹਟ ਕੇ ਉਹਨਾਂ ਨੂੰ ਦੇਸ਼ ਨੂੰ ਅੱਗੇ ਕਿਸ ਤਰੀਕੇ ਦੇ ਨਾਲ ਲਿਜਾਣਾ ਉਹਦੇ ਵੱਲ ਸੋਚਣਾ ਚਾਹੀਦਾ, ਪੋਲਿਸੀਜ਼ ਜਿਹੜੀਆਂ ਆਮ ਇਨਸਾਨ ਦੇ ਔਰ ਦੇਸ਼ ਵਾਸੀਆਂ ਦੇ ਫੇਵਰ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਬੁਲਾਉਣੀਆਂ ਚਾਹੀਦੀਆਂ। ਕੇਂਦਰ ਦੇ ਆਗੂ ਦਾ ਕਹਿਣਾ ਕਿ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ? ਬਿਲਕੁਲ ਗਲਤ ਗੱਲ ਹੈ ਔਰ ਅਸੀਂ
अपना एग्री नहीं करते इस चीज़ ने। पंजाब सरकार जी है आम इंसान की आम किसान की गल करती है और शुरू तो ही किसानों के फेवर के रही है जो उन्होंने देश आज़ाद होया और बिल्कुल गलत एलीगेशन लगाने वो मैं नहीं समझता ये कोई सच्चाई हैगी है। हुण घबराउण दी लोड़ नहीं, हर बीमारी दा इलाज आयुर्वेदिक जड़ी बूटिया द्वारा साइल हेल्थ केयर अमृतसर ते। बेओलाद शारीरिक ताकत, IBS स्पर्म काउंटिंग, मैन पावर, हर बीमारी दा पक्का ते सफल इलाज साहिल हेल्थ केयर आयुर्वेदिक सेंटर। लेकिन अज भी साढ़े भारत के आयुर्वेद बहुत मान्यता दी जाती है, बहुत महत्व है। आदमी के जी अंदरूनी कमजोरी आती है वह कई रोगों करके आती है, जो औलाद पैदा नहीं कर सकते उन्होंने शुक्राणुओं की कमी। मिलो रोजाना 10 to 6 साइल हेल्थ केयर सेंटर, 140 रोड, अमृतसर, संडे छुट्टी।